ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਅਸੀਮ ਰਾਜਪਾਲ ਹੈ ਮੈਂ ਕੰਸਲਟੈਂਟ ਪਲਮਨੋਲੋਜਿਸਟ ਹੈਗਾ ਮੈਂ ਇੱਥੇ ਆਈਵੀ ਹਸਪੀਟਲ ਨਵਾਂ ਸ਼ਹਿਰ ਦੇ ਵਿੱਚ ਕੰਮ ਕਰ ਰਿਹਾ ਹੈ ਮੈਂ ਪਿਛਲੇ ਡੇਟ ਸਾਲ ਤੋਂ ਇੱਥੇ ਕੰਮ ਕਰ ਰਿਹਾ ਤੇ ਆਮ ਦਾ ਫਰਸਟ ਪਲਮਨੋਲੋਜਿਸਟ ਇਨ ਦਾ ਰੀਜਨ ਅਸੀਂ ਇੱਥੇ ਇੱਕ ਬ੍ਰੌਂਕੋਸਕੋਪੀ ਅਸੀਂ ਇੱਥੇ ਸਟਾਰਟ ਕੀਤੀ ਸੀਗੀ ਉਹ ਪੂਰੇ ਫਰਸਟ ਇਨ ਦਾ ਰੀਜਨ ਹੈ ਪਲਮਨੋਲੋਜਿਸ ਦਾ ਕੰਮ ਕੀ ਹੈਗਾ ਪਲਮਨੋਲੋਜਿਸਟ ਉਹ ਹੁੰਦਾ ਹੈ ਜਿਹੜਾ ਛਾਤੀ ਦਾ ਸਪੈਸ਼ਲਿਸਟ ਹੋਵੇ ਚੈਸ ਸਪੈਸ਼ਲਿਸਟ ਇਹਦੇ ਬਾਰੇ ਸਾਨੂੰ ਅਵੇਅਰਨੈਸ ਉਦੋਂ ਆਈ ਜਿਸ ਟਾਈਮ ਤੇ ਕੋਵਿਡ ਇਰਾ ਸਾਡੇ ਤੇ ਸਟਾਰਟ ਹੋਈ ਕੋਵਿਡ ਦੇ ਵਿੱਚ ਲੰਗ ਸਪੈਸ਼ਲਿਸਟ ਚੈਸ ਸਪੈਸ਼ਲਿਸਟ ਪਲਮਨੋਲੋਜਿਸਟ ਇਹ টারਮਸ ਸਾਰਿਆਂ ਨੂੰ ਪਤਾ ਲੱਗਣੀਆਂ ਸ਼ੁਰੂ ਹੋਈਆਂ ਪਲਮਨੋਲੋਜਿਸਟ ਦੇ टर्म ਸਿਰਫ ਕੋਵਿਡ ਦਾ ਨਹੀਂ ਕੋਵਿਡ ਦੇ ਨਾਲ ਹੋਰ ਕਈ ਬਿਮਾਰੀਆਂ ਛਾਤੀ ਦੀ ਹੈਗੀਆਂ ਜਿਨ੍ਹਾਂ ਨੂੰ ਟਰੀਟ ਕਰਨਾ ਹੁੰਦਾ ਹੈ ਇਦੇ ਵਿੱਚ ਦਮੇ ਦੀ ਬਿਮਾਰੀ ਜਾਂ ਕਾਲੇ ਦਮੇ ਦੀ ਬਿਮਾਰੀ ਟਿਊਬਰਕਲੋਸਿਸ ਦੋ ਕਿਸਮਾਂ ਦਾ ਹੁੰਦਾ ਹੈਗਾ ਆ ਪਲਮਨਰੀ ਟਿਊਬਰਕਲੋਸਿਸ ਜਾਂ ਐਕਸਟ੍ਰਾ ਪਲਮਨਰੀ ਟਿਊਬਰਕਲੋਸਿਸ ਜਿਹੜਾ ਟੀਬੀ ਛਾਤੀ ਦੇ ਇਨਵੋਲਵਮੈਂਟ ਕਰਦਾ ਹੈਗਾ ਆ ਉਹਨੂੰ ਅਸੀਂ ਕਹਿੰਦੇ ਆ ਪਲਮਨਰੀ ਟਿਊਬਰਕਲੋਸਿਸ ਤੇ ਜਿਹੜੀ ਛਾਤੀ ਤੋਂ ਬਾਹਰਲੇ ਏਰੀਆ ਦੇ ਵਿੱਚ ਕਿਤੇ ਟੀਬੀ ਹੁੰਦੀ ਹੈਗੀ ਆ ਉਹਨੂੰ ਕਹਿੰਦੇ ਹੈਗੇ ਐਕਸਟ੍ਰਾ ਪਲਮਨਰੀ ਟਿਊਬਰਕਲੋਸਿਸ ਐਕਸਟ੍ਰਾ ਪਲਮਨਰੀ ਟਿਊਬਰਕਲੋਸਿਸ ਫੇਫੜੇ ਦੀ ਛਿੱਲੀ ਬਾਰੇ ਹੋ ਸਕਦੀ ਹੈਗੀ ਜਿਹਦੇ ਵਿੱਚ ਫੇਫੜੇ ਦੀ ਛਿੱਲੀ ਦੇ ਵਿੱਚ ਪਾਣੀ ਭਰ ਜਾਣਾ ਯਾ ਲਿੰਫ ਨੋਡਸ ਦੀ ਇਨਵੋਲਵਮੈਂਟ ਹੋ ਜਾਣੀ ਯਾ ਕਿਸੇ ਬੋਨ ਦੀ ਇਨਵੋਲਵਮੈਂਟ ਹੋ ਜਾਣੀ ਰੀਡ ਦੀ ਹੱਡੀ ਦੀ ਇਨਵੋਲਵਮੈਂਟ ਹੋਣਾ ਯਾ ਪੇਡ ਦੀ ਟੀਬੀ ਹੋ ਜਾਣਾ ਅ ਇਹ ਟੀਬੀ ਤੋਂ ਬਾਅਦ ਫਿਰ ਅਸੀਂ ਇਹ ਹੋਰ ਟ੍ਰੀਟਮੈਂਟ ਜਿਹੜਾ ਹੁੰਦਾ ਹੈਗਾ ਉਹ ਹੁੰਦਾ ਇੰਟਰਸਟੀਸ਼ੀਅਲ ਲੰਗ ਡਿਜ਼ੀਜ਼ ਇਹ ਫੇਫੜੇ ਦੀ ਇਹੋ ਜਿਹੀ ਬਿਮਾਰੀ ਹੁੰਦੀ ਹੈ ਜਿਹਦੇ ਵਿੱਚ ਫੇਫੜੇ ਦੇ ਵਿੱਚ ਅ ਜਿਹੜਾ ਸਟਰਕਚਰ ਹੁੰਦਾ ਹੈਗਾ ਉਹ ਹੌਲੀ ਹੌਲੀ ਸਿਕੜਨਾ ਸ਼ੁਰੂ ਹੋ ਜਾਂਦਾ ਹੈਗਾ ਫੇਫੜੇ ਦੇ ਸਾਂ ਚੜਨਾ ਸ਼ੁਰੂ ਹੋ ਜਾਂਦਾ ਹੈਗਾ ਇਹ ਪੇਸ਼ੈਂਟ ਨੂੰ ਖਾਂਸੀ ਆਂਦੀ ਹੈਗੀ ਆ ਤੇ ਆਕਸੀਜਨ ਲੈਵਲ ਘਟਣਾ ਸ਼ੁਰੂ ਹੋ ਜਾਂਦਾ ਹੈਗਾ ਟੀਬੀ ਆਈਐਲਡੀ ਤੋਂ ਬਾਅਦ ਅਸੀਂ ਬ੍ਰੌਂਕੀਅਲ ਐਸਥਮਾ ਜਾਂ ਸੀਓਪੀਡੀ ਇਹਦਾ ਟ੍ਰੀਟਮੈਂਟ ਅਸੀਂ ਕਰਦੇ ਹੈਗੇ ਆ ਸਾਡੇ ਕੋਲ ਡਾਇਗਨੋਸਟਿਕ ਦੇ ਵਿੱਚ ਬ੍ਰੌਂਕੋਸਕੋਪੀ ਇਥੇ ਅਵੇਲੇਬਲ ਹੈਗੀ ਆ ਕੰਪਿਊਟਰਾਈਜ਼ ਪਲਮਰੀ ਫੰਕਸ਼ਨ ਟੈਸਟ ਇਥੇ ਕੀਤਾ ਜਾਂਦਾ ਹੈਗਾ ਆਈਸੀਯੂ ਦੇ ਵਿੱਚ ਸਾਡੇ ਕੋਲ ਸਾਰੇ ਕ੍ਰਿਟੀਕਲ ਕੇਅਰ ਟੀਮ ਹੈ ਪੂਰੀ वेंटिलेਟਰਸ ਹੈਗੇ ਆ ਨੋਨ ਇਨਵੇਸਿਵ ਵੈਂਟੀਲੇਟਰਸ ਹੈਗੇ ਆ ਜਿਹੜੇ ਵੀ ਪੇਸ਼ੈਂਟ ਨੂੰ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਪਹੁੰਚਦਾ ਹੈਗਾ ਜਿਹਦੇ ਵੀ ਆਕਸੀਜਨ ਲੈਵਲ ਘੱਟ ਜਾਂਦਾ ਹੈਗਾ ਜਿਹਨੂੰ ਅਸੀਂ ਲੰਗ ਅਟੈਕ ਵੀ ਕਹਿੰਦੇ ਹੈਗੇ ਆ ਉਹਨਾਂ ਦਾ ਪੂਰਾ ਟ੍ਰੀਟਮੈਂਟ ਅਵੇਲੇਬਲ ਹੈ ਮੈਂ ਇੱਕ ਬਸ ਇਹ ਨਾਲ ਇਹ ਚੀਜ਼ ਐਡ ਕਰਨਾ ਚਾਹਨਾ ਹੈਗਾ ਹੈ ਕਿ ਜਦਾਂ ਅੱਜਕੱਲ੍ਹ ਸਰਦੀਆਂ ਹੈਗੀਆਂ ਫੌਗ ਹੈਗੀ ਆ ਸਮੋਗ ਹੈਗੀ ਆ ਕਈ ਵਾਰ ਫੈਕਟਰੀਜ਼ ਦਾ ਧੂਆਂ ਇਹ ਫੇਫੜਿਆਂ ਨੂੰ ਤੰਗ ਕਰਦਾ ਹੈਗਾ ਮੈਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਆਪਣੇ ਮਾਸਕ ਦਾ ਵਰਤੋਂ ਕਰੋ ਜੇ ਤੁਸੀਂ ਐਸਥਮਾ ਦੇ ਪੇਸ਼ੈਂਟ ਜਾਂ ਬ੍ਰੋਂਕ ਸੀਓਪੀਡੀ ਦੇ ਪੇਸ਼ੈਂਟਸ ਹੈਗੇ ਹੋ ਆਪਣਾ ਇਨਹੇਲਰ ਲੈਣਾ ਨਾ ਭੁੱਲੋ ਜੇ ਤੁਹਾਨੂੰ ਫਿਰ ਵੀ ਕੋਈ ਦਿੱਕਤ ਹੁੰਦੀ ਹੈਗੀ ਹੈ ਤੁਸੀਂ ਹਸਪੀਟਲ ਦੇ ਵਿੱਚ ਆਪਣੇ ਫਿਜ਼ੀਸ਼ੀਅਨ ਨੂੰ ਕੰਟੈਕਟ ਕਰ ਸਕਦੇ ਹੋ ਥੈਂਕ ਯੂ